थोड़ी बहुत की कर सकते हैं सर, लाना पैना जी। ਪੌੜੀ ਦੌੜ ਸੀ ਮੇਰੀ, ਮੈਂ ਦੌੜ ਲਾਉਂਦਾ ਰਿਹਾ ਪੌੜੀ ਦੌੜ ਆਪਣੀ ਆਈਟੀਆਈ ਦੌੜ ਵਿੱਚ ਲਾਈ ਸੀ ਮੈਂ ਦੌੜ, ਤੇ ਬਾਬਾ ਬਕਾਲਾ ਚ ਵੀ ਲਾਈ ਸੀ। ਨਹੀਂ ਜੀ ਨਹੀਂ, ਮੈਨੂੰ ਗੁੱਸਾ ਨਹੀਂ ਚੜਦਾ ਜੀ, ਜੋ ਵੀ ਕੀਤਾ ਬਹੁਤ ਵਧੀਆ ਕੀਤਾ ਉਹਨੇ। ਠੀਕ ਹੈ ਜੀ। ਤਸਵੀਰਾਂ ਲੌਂਗੋਵਾਲ ਦੀਆਂ ਨੇ, ਪਿੰਡ ਲੌਂਗੋਵਾਲ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਇੱਕ ਲਵਲੀ ਜਿਹੜਾ ਨੌਜਵਾਨ ਹੈਂਡੀਕੈਪ ਹੈ, ਲੇਕਿਨ ਉਹ ਆਪਣੇ ਪਰਿਵਾਰ ਦੇ ਨਾਲ ਝੋਨਾ ਲਗਾ ਰਿਹਾ। ਕੀ ਮਜਬੂਰੀਆਂ ਨੇ ਇਸ ਪਰਿਵਾਰ ਦੀਆਂ? ਔਰ ਜੇ ਗੱਲ ਕਰੀਏ ਤੇ ਪਿੰਡਾਂ ਦੀਆਂ, ਹਰ ਘਰ ਦੀ ਇਹ ਕਹਾਣੀ ਹੈ ਕਿ ਕੋਈ ਨਾ ਕੋਈ ਮਜਬੂਰੀ ਦਾ ਬੱਚਾ ਅੱਜ ਵੀ ਉਹ ਮਜ਼ਦੂਰੀ ਕਰ ਰਿਹਾ। ਲਵਲੀ ਆਪਣੇ ਬਾਰੇ ਪਹਿਲੇ ਥੋੜਾ ਦੱਸੋ ਕਿ ਤੁਸੀਂ ਹੈਂਡੀਕੈਪ ਹੋ, ਕੀ ਕੰਮ ਕਰਦੇ ਹੋ ਤੁਸੀਂ? ਖਲੋ ਜੀ। ਹਾਂਜੀ ਹਾਂਜੀ, ਕੋਈ ਨਹੀਂ, ਖਲੋ ਕੇ ਭਾਵੇਂ ਬੈਕ ਕਰ ਲਓ, ਕੋਈ ਗੱਲ ਨਹੀਂ। ਮੈਂ ਜੀ ਆਪਣਾ ਝੋਨਾ ਲਗਾ ਰਿਹਾ ਜੀ। ਪਹਿਲੇ ਵੀ ਤੁਸੀਂ ਕਰਦੇ ਹੋਏ ਕੰਮ? ਹਾਂਜੀ, ਪਹਿਲੇ ਵੀ ਜਦੋਂ ਸੀਜ਼ਨ ਦੇ ਨਾਲ ਹੀ ਕਰੀਦਾ ਝੋਨਾ ਦਾ। ਹੋਰ ਕੀ ਕੰਮ ਕਰਦੇ ਹੋ ਭਾਜੀ? ਹੋਰ ਮੇਰਾ ਮੋਚੀ ਦਾ ਕੰਮ ਹੈ ਜੀ। ਹਾਂਜੀ। ਤੇ ਮੈਨੂੰ ਇਹ ਵੀ ਪਤਾ ਲੱਗਾ ਕਿ ਤੁਸੀਂ ਪਰਿਵਾਰ ਦੇ ਵਿੱਚ ਇਹ ਇੰਨੀ ਗਰਮੀ ਦੇ ਵਿੱਚ ਜਿਹੜਾ ਝੋਨਾ, ਚਲੋ ਇਹ ਤੇ ਇੱਕ ਕਹਿ ਲਈਏ ਕਿ ਕੰਮ ਐਸਾ ਹੈ ਕਿ ਜਿਹੜੇ ਪਿੰਡਾਂ ਦੇ ਲੋਕ ਕਰਦੇ ਨੇ, ਲੇਕਿਨ ਇੱਕ ਹੈਂਡੀਕੈਪ ਹੋ ਕੇ ਕਿੰਨੀਆਂ ਮੁਸ਼ਕਲਾਂ ਇਸ ਕੰਮ ਦੇ ਵਿੱਚ ਹੈਗੀਆਂ? ਮੁਸ਼ਕਲਾਂ ਤਾਂ ਹੈ ਜੀ ਸਾਹਿਬ ਜੀ, ਹੁਣ ਪਰਿਵਾਰ ਦੇ ਨਾਲ ਲਾਉਣਾ ਪੈਣਾ ਜੀ, ਪਰਿਵਾਰ ਦੇ ਚਾਹੇ ਮੈਂ ਪਰਿਵਾਰ ਦੇ ਨਾਲ ਲਾਉਣਾ ਪੈਣਾ ਚਾਹੁੰਦਾ। ਕਿਹੜੇ ਹਿਸਾਬ ਨਾਲ ਤਾਂ ਪੈਸੇ ਮਿਲਦੇ ਆ ਤੁਹਾਨੂੰ ਸਰ? ਇਹ ਜੋ ਹਿੱਸਾ ਇਹਨਾਂ ਨੂੰ ਆਏਗਾ ਉਹੀ ਹਿੱਸਾ ਮਿਲਣਾ ਜੀ, 4500 ਦੇ ਰੇਟ ਚੱਲਦਾ ਪਿਆ ਜੀ। ਤੇ ਔਖ ਨਹੀਂ ਹੁੰਦੀ ਫਿਰ ਇੱਦਾਂ? ਔਖ ਤਾਂ ਹੈਗੀ ਹੈ ਥੋੜ੍ਹੀ ਬਹੁਤੀ ਜੀ, ਹੁਣ ਕੀ ਕਰ ਸਕਦੇ ਹਾਂ ਸਰ, ਲਾਉਣਾ ਪੈਣਾ ਜੀ। ਲਵਲੀ, ਉਸ ਤੋਂ ਇਲਾਵਾ ਜਿੱਦਾਂ ਤੁਸੀਂ ਦੱਸਿਆ ਕਿ ਪਹਿਲੇ ਮੋਚੀ ਦਾ ਕੰਮ ਵੀ ਕਰਦੇ ਹੋ, ਤੇ ਫਿਰ ਹੋਰ ਜੇ ਪਹਿਲੇ ਆਪਾਂ ਕਹੀਏ ਕਿ ਸਿੱਖਿਆ ਪੜ੍ਹਾਈ ਕਿੰਨੀ ਲਈ, ਜਾਂ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਕੋਈ ਹੋਰ ਕੰਮ ਕਰ ਲਾਂ ਜਾਂ ਸਿੱਖਿਅਤ ਹੋ ਜਾ? ਨਹੀਂ ਸਰ, ਮੈਂ ਤੇ ਕਾਫੀ ਕੰਮ ਸਿੱਖੇ ਹੋਏ ਆ, ਬਾਕੀ ਕੰਮ ਤੇ ਮੇਨ ਇਹੀ ਕੰਮ ਕਰਦਾ, ਮੋਚੀ ਦਾ ਕੰਮ ਹੀ ਕਰਦਾ ਮੈਂ ਜੀ। ਹਾਂਜੀ, ਵੇਖੋ ਜੀ, ਇਨਸਾਨ ਦੀ ਕੋਸ਼ਿਸ਼ ਤਾਂ ਬਥੇਰੀ ਹੁੰਦੀ ਆ ਕਿ ਨਾ ਕਿਸੇ ਦਾ ਸਮਾਨ ਦੀ, ਪਰ ਮੈਂ ਕੰਮ ਮੋਚੀ ਦਾ ਹੀ ਪਹਿਲੇ ਸਿੱਖਿਆ ਜੀ। ਕਹਿੰਦੇ ਖੇਡਾਂ ਵੱਲ ਵੀ ਥੋੜਾ ਰੁਝਾਨ? ਹਾਂਜੀ, ਉਹ ਮੈਨੂੰ ਸ਼ੌਂਕ ਸੀ ਆਪਣਾ, ਤੇ ਮੈਂ ਇਸ ਕਰਕੇ। ਕੀ ਸੀ ਉਹ ਥੋੜਾ ਦੱਸ ਦਿਓ? ਪੌੜੀ ਦੌੜ ਸੀ ਮੇਰੀ, ਮੈਂ ਦੌੜ ਲਾਉਂਦਾ ਰਿਹਾ ਪੌੜੀ ਦੌੜ ਆਪਣੀ ਆਈਟੀਆਈ ਦੌੜ ਵਿੱਚ ਲਾਈ ਸੀ ਮੈਂ ਦੌੜ, ਤੇ ਬਾਬਾ ਬਕਾਲਾ ਚ ਵੀ ਲਾਈ ਸੀ, ਤੇ ਘੁਮਾਣ ਪਿੰਡ ਵੀ ਲਾਈ ਸੀ ਮੈਂ ਦੌੜ। ਹਾਂਜੀ, ਉਹ ਜਦੋਂ ਦੌੜ ਲਾਉਂਦੇ ਪਏ ਸੀ, ਉਹ ਗੇਮਸ ਦੇ ਵਿੱਚ ਜਦੋਂ ਹਿੱਸਾ ਲੈ ਲਿਆ, ਤਾਂ ਫਿਰ ਉਹਦੇ ਵਿੱਚ ਵੀ ਕਿਉਂ ਨਹੀਂ ਸਫਲ ਹੋਣ ਦਾ ਸੋਚਿਆ? ਕਿਉਂ, ਉਹਦੇ ਚ ਕੀ ਕੋਈ ਕਮੀ ਸੀ ਉਸ? ਨਹੀਂ ਜੀ, ਕਮੀ ਤਾਂ ਕੋਈ ਨਹੀਂ ਜੀ, ਮੈਂ ਆਪ ਹੀ ਨਹੀਂ ਠੀਕ ਰਿਹਾ, ਬਾਅਦ ਚ ਮੈਂ ਛੱਡ ਛੱਡੀ ਸੀ ਉਸ ਨੂੰ ਦੌੜ। ਉਸ ਵੇਲੇ ਸਫਲਤਾ ਮਿਲੀ ਸੀ ਉਸ ਵਿੱਚ? ਹਾਂਜੀ, ਉਸ ਵੇਲੇ ਸਫਲਤਾ ਮਿਲੀ ਸੀ, ਮੈਂ ਜਿੱਤ ਪ੍ਰਾਪਤ ਕੀਤੀ ਉਸ ਵੇਲੇ। ਹਾਂਜੀ, ਕਿਉਂਕਿ ਬਹੁਤ ਐਸੇ ਨੌਜਵਾਨ ਨੇ ਜਾਂ ਬਹੁਤ ਐਸੇ ਡਿਸੇਬਲ ਨੇ ਜਿਹੜੇ ਉਹ ਦੌੜਾਂ ਦੇ ਵਿੱਚ ਆਪਣਾ ਇੱਕ ਨਾਮ ਕਾਇਮ ਕਰਦੇ ਨੇ ਆਪਣੀ ਇੱਕ ਹਿੰਮਤ ਕਰਕੇ। ਤੁਹਾਡੀ ਵੀ ਅੱਜ ਹਿੰਮਤ ਆ, ਤੁਸੀਂ ਝੋਨਾ ਲਗਾ ਰਹੇ ਹੋ, ਇਹ ਵੀ ਇੱਕ ਹਿੰਮਤ ਦਾ ਕੰਮ ਆ, ਲੇਕਿਨ ਉਹਦੇ ਵਿੱਚ ਆਪਾਂ ਨਾਮ ਬਣਾ ਸਕਦੇ ਸੀ ਉਹਦੇ 'ਚ। ਹਾਂਜੀ, ਬਣਾ ਸਕਦੇ ਸੀ, ਮੈਂ ਇਸ ਵਾਰ ਠੀਕ ਨਹੀਂ ਰਿਹਾ, ਮੈਨੂੰ ਬਾਅਦ 'ਚ ਜਗੜੇ ਨਹੀਂ ਕੀਤਾ ਇਸ ਨੂੰ। ਉੱਥੋਂ ਕੋਈ ਮਾਲੀ ਸਹਾਇਤਾ ਵੀ ਮਿਲੀ, ਕੋਈ ਫਾਇਦਾ ਹੋਇਆ ਉੱਥੇ? ਮਾਲੀ ਸਹਾਇਤਾ ਜੀ, ਕੋਚ ਨੇ ਜੋ ਉਹਨਾਂ ਦਿੱਤਾ ਸੀ ਸਾਨੂੰ, 2000 ਰੁਪਇਆ ਦਿੱਤਾ ਸੀ ਬਸ, ਉਹਦੇ ਵਿੱਚੋਂ ਫਸਟ ਆਉਣ ਦੇ ਵਿੱਚ ਫਸਟ ਗਰ ਵਿੱਚ ਰੱਖਿਆ ਸੀ 2000 ਰੁਪਇਆ ਕੋਚ ਦੇ ਮੁਤਾਬਕ, ਬਾਕੀ ਕੋਚ ਨਹੀਂ ਦੇਖੋ ਲਿਆ ਤੋ ਸ਼ਾਇਦ। ਨਹੀਂ ਤੇ ਲੋਕੀ ਤੇ ਲੱਖਾਂ ਰੁਪਈਏ ਨਾਮ ਰੱਖ ਲੈਂਦੇ ਖੇਡਾਂ ਦੇ ਵਿੱਚ ਤੇ। ਨਹੀਂ ਜੀ, ਸਾਡਾ 2000 ਰੁਪਇਆ ਸੀ ਆਈਟੀਆਈ, ਮੇਰਾ 2000 ਰੁਪਇਆ ਸੀ, ਤੇ ਆਪਣਾ ਬਾਬਾ ਬਕਾਲੇ ਵੀ 2000 ਰੁਪਇਆ ਸੀ। ਤੇ ਗੁਜ਼ਾਰਾ ਤੇ ਫਿਰ 2000 ਨਾਲ ਤੇ ਹੋਣਾ ਨਹੀਂ? ਨਹੀਂ ਜੀ ਨਹੀਂ, ਗੁਜ਼ਾਰਾ ਕਿੱਥੋਂ ਹੁੰਦਾ ਜੀ। ਤੇ ਫਿਰ ਜਿਹੜਾ ਮੋਚੀ ਦਾ ਕੰਮ ਕਰਦੇ ਹੋ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ? ਉਹ ਵੀ ਵੇਖੋ ਜੀ, 100-150 ਰੁਪਏ ਬਣਦਾ ਆ। ਪਰਿਵਾਰ ਨੇ ਇਲਾਜ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਹੋਈ ਜਦੋਂ ਛੋਟੇ ਹੁੰਦੇ? ਹਾਂਜੀ, ਪਰਿਵਾਰ ਨੇ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਇਲਾਜ ਨਹੀਂ ਆ ਮੈਨੂੰ ਹੋ ਸਕਿਆ। ਪਰਿਵਾਰ 'ਚ ਕੌਣ ਕੌਣ ਆ? ਪਰਿਵਾਰ 'ਚ ਮੇਰੇ ਬ੍ਰਦਰ ਹੈ, ਤੇ ਭਰਜਾਈ ਆ ਮੇਰੇ, ਤੇ ਮਦਰ ਹੈ ਮੇਰੇ। ਤੇ ਮਾਂ ਵੀ, ਮਦਰ ਵੀ ਹੁਣ ਝੋਨਾ ਲਾਉਂਦੇ ਪਏ? ਨਹੀਂ ਜੀ ਨਹੀਂ, ਉਹ ਕਰੇ ਆ ਜੀ। ਉਹ ਫਿਰ ਮਾਂ ਨੂੰ ਤੇ ਪੁੱਤ ਦਾ ਹੁੰਦਾ ਨਾ ਕਿ
ਪੁੱਤ ਨਹੀਂ ਆ ਠੀਕ ਆ ਉਹਦਾ ਵਿਆਹ ਵੀ ਕਰਨਾ ਕਈ ਸਾ ਹੁੰਦੇ ਆ ਤੇ ਫਿਰ ਹਾਂਜੀ ਉਹ ਤਾਂ ਹੈ ਜੀ ਇੰਜੇ ਰਹਿ ਗਿਆ ਹੁਣ ਉਹਦੀ ਮਾਲਕ ਦੀ ਇੱਛਾ ਆ ਜੋ ਵੀ ਕਰੇਗਾ ਮਾਲਕ ਠੀਕ ਹੀ ਕਰੇਗਾ मालिक की इच्छा तू कह कि मेहनत भी है बड़ा मेहनती है और मालिक की इच्छा भी कही लेकिन कभी ये आंदा है कि गुस्सा चढ़ता हो मालिक कित्थे ले आके खड़ा करता नहीं जी नहीं मैनू गुस्सा नहीं चढ़ता जी जो 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 भी किया बहुत वधिया किया उन्होंने ठीक है जी वखरा मगर तू सारा हां जी कभी लोग नहीं कहते कि यार ਇਦਾਂ ਨੂੰ ਕਰਾਵਾ ਯਾ ਤੂੰ ਕੰਮ ਨਹੀਂ ਕਰ ਸਕਦਾ ਇੱਥੇ ਜਿੱਦਾਂ ਚੂਨਾ ਲਾਉਂਦੇ ਬੇਦੇ ਕਹਿੰਦੇ ਹੋਣਗੇ ਯਾਰ ਪਤਾ ਨਹੀਂ ਤੇਰੇ ਕੋ ਲੱਗਣਾ ਕਿ ਨਹੀਂ ਲੱਗਣਾ ਹਾਂਜੀ ਕਹਿੰਦੇ ਤਾਂ ਆ ਜੀ ਪਰ ਚੂਨਾ ਲਾ ਰਹੇ ਆ ਬਿਲਕੁਲ ਤੁਸੀਂ ਤਸਵੀਰਾਂ ਦੇਖੀਆਂ ਕਿ ਕਿਵੇਂ ਇੱਕ ਹਿੰਮਤ ਜਿਹੜੀ ਆ ਉਹ ਚਾਹੇ ਅੰਗਹੀਨਤਾ ਹੋਵੇ ਜਾਂ ਕੋਈ ਡਿਸੇਬਿਲਟੀ ਹੋਵੇ ਲੇਕਿਨ ਹਿੰਮਤ ਆਦਮੀ ਨੂੰ ਅੱਗੇ ਲੈ ਕੇ ਜਾਂਦੀ ਆ ਔਰ ਦੂਸਰਾ ਘਰ ਦੀਆਂ ਮਜਬੂਰੀਆਂ ਬਹੁਤ ਅਹਿਮ ਨੇ ਘਰ ਦੀਆਂ ਮਜਬੂਰੀਆਂ ਹੀ ਇਹ ਅੱਗੇ ਲੈ ਕੇ ਜਾ ਰਹੀਆਂ ਨੇ कैमरा पर्सन विक्की के नाल गुरप्रीत चावला जगबनी टीवी लिए गुरदासपुर तो।